ਪੰਜਾਬੀ ਆਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜੀਤ ਪੀਖੀ ਸਵਾਗਤ ਕਰਦਾ। ਦੋਸਤੋ, ਅੱਜ ਅਸੀਂ ਨੌਜਵਾਨਾਂ ਨਾਲ ਮਿਲ ਕੇ ਕਰਾਂਗੇ ਗੱਲਬਾਤ ਅਤੇ ਉਹਨਾਂ ਤੋਂ ਜਾਣਾਂਗੇ ਪੰਜਾਬੀ ਇੰਡਸਟਰੀ ਦੀਆਂ ਦੋ ਹੋਰ ਸ਼ਖਸੀਅਤਾਂ ਬਾਰੇ। ਪਹਿਲੀ ਹੈ ਜੀ ਐਮੀ ਵਿਰਕ ਅਤੇ ਦੂਜਾ ਰਣਜੀਤ ਬਾਵਾ। ਦੋਨਾਂ ਦੇ ਵਿੱਚ ਕਾਫੀ ਸਮਾਨਤਾ, ਦੋਨੇ ਫਿਲਮਾਂ ਕਰਦੇ ਨੇ, ਗੀਤ ਗਾਉਂਦੇ ਨੇ ਅਤੇ ਦੋਨਾਂ ਦੀ ਦਿੱਖ ਵੀ ਜਿਹੜੀ ਆ ਉਹ ਇੱਕੋ ਜਿਹੀ ਹੈ। ਅਤੇ ਹੁਣ ਆਪਾਂ ਦਰਸ਼ਕਾਂ ਤੋਂ ਜਾਣਾਂਗੇ ਕਿ ਉਹਨਾਂ ਨੂੰ ਕਿਹਦੀ ਸਿੰਗਿੰਗ ਜ਼ਿਆਦਾ ਪਸੰਦ ਆ ਅਤੇ ਕਿਹਦੀਆਂ ਫਿਲਮਾਂ ਜ਼ਿਆਦਾ ਪਸੰਦ ਨੇ। ਆਪੇ ਕਹਿੰਦੇ ਨੂੰ ਲੈਣੀ ਚੰਨ ਵਰਗੀ, ਚੱਲ ਮੇਰੇ ਮਾਪਿਆਂ ਦਾ ਚੰਨ ਵਰ ਜਾ। ਪੰਜਾਬੀ ਇੰਡਸਟਰੀ ਦੇ ਦੋ ਸਿੰਗਰਾਂ ਦੇ ਨਾਲ ਆਊਂਗਾ, ਤੁਸੀਂ ਦੱਸਣਾ ਤੁਹਾਨੂੰ ਕਿਹੜਾ ਪਸੰਦ ਹੈ। ਐਮੀ ਵਿਰਕ, ਰਣਜੀਤ ਬਾਵਾ। ਰਣਜੀਤ ਬਾਵਾ, ਐਮੀ ਵਿਰਕ ਬਾਈ। ਰਣਜੀਤ ਬਾਵਾ ਵੀਰੇ, ਐਮੀ ਵਿਰਕ। ਆਖਰ ਫੈਨ ਰਣਜੀਤ ਬਾਬੇ ਦੇ? ਐਮੀ ਵਿਰਕ ਬਾਈ। ਦੇਖੋ ਜੀ, ਸਿੰਗਰ ਤਾਂ ਕੋਈ ਵੀ ਨਹੀਂ ਮਾੜਾ ਹੁੰਦਾ ਜੀ, ਵਧੀਆ ਦੋਨੇ ਸਿੰਗਰ ਵਧੀਆ ਨੇ ਜੀ। ਦੋਵੇਂ ਵੀਰੇ ਆਪਣੀ ਆਪਣੀ ਜਗ੍ਹਾ 'ਤੇ ਦੋਵੇਂ ਠੀਕ ਨੇ ਅਤੇ ਬਹੁਤ ਆਪਾਂ ਕਿਸੇ ਨੂੰ ਮਾੜਾ ਵੀ ਨਹੀਂ ਕਹਿ ਸਕਦੇ ਕਿਉਂਕਿ ਦੋਵਾਂ ਦਾ ਸਟਰਗਲ ਵੀ ਬਹੁਤ ਕਰਿਆ ਹੁੰਦਾ ਅਤੇ ਜੇ ਦੇਖਿਆ ਜਾਵੇ ਸਿੰਗਿੰਗ 'ਚ ਵੀ ਦੋਵਾਂ ਦਾ ਵਧੀਆ, ਪਰ ਜੇ ਐਕਟਿੰਗ ਵਗੈਰਾ 'ਚ ਦੇਖਿਆ ਜਾਵੇ ਤਾਂ ਐਮੀ ਵਿਰਕ ਬੈਸਟ ਹੈ। ਐਮੀ ਵਿਰਕ ਦੀ ਜਿਹੜੀ ਵੋਇਸ ਕੁਆਲਿਟੀ ਹੈਗੀ, ਇੱਕ ਤਾਂ ਜੀ ਉਹ ਐਕਟਰ ਵੀ ਆ, ਉਹ ਸਿੰਗਰ ਵੀ ਆ, ਅਤੇ ਮਤਲਬ ਕਿ ਜੋ ਆਪਾਂ ਫਿਲਮਾਂ 'ਚ ਵੀ ਦੇਖਿਆ ਜਿਹੜੀ ਦੀ ਐਕਟਿੰਗ ਆ ਉਹ ਵੀ ਬਹੁਤ ਵਧੀਆ ਅਤੇ ਸਿੰਗਿੰਗ ਵੀ ਬਹੁਤ ਵਧੀਆ। ਅੱਛਾ, ਕਿਉਂ? ਉਸਦੇ ਗਾਣੇ ਵੀ ਬਹੁਤ ਸੱਭਿਆਚਾਰਕ ਗਾਣੇ ਆਉਂਦੇ ਨੇ ਅਤੇ ਆਪਣਾ ਕੀ ਕਹਿੰਦੇ ਹੁੰਦੇ ਨੇ, ਉਸਦੇ ਗੀਤਾਂ ਰਾਹੀਂ ਬਹੁਤ ਵਧੀਆ ਸੁਨੇਹਾ ਵੀ ਮਿਲਦਾ ਹੈਗਾ ਅਤੇ ਉਹਦੀ ਆਵਾਜ਼ ਵੀ ਬਹੁਤ ਵਧੀਆ ਹੈਗੀ। ਅੱਛਾ, ਕਿਉਂ? ਉਹਦੀ ਆਵਾਜ਼ ਵਧੀਆ ਵੇ ਅਤੇ ਐਕਟਿੰਗ ਵਧੀਆ, ਵਧੀਆ ਸੌਂਗ ਨੇ। ਉਹ ਤਾਂ ਵੈਸੇ ਸੱਭਿਆਚਾਰਕ ਗੀਤ ਵਧੀਆ ਉਹ ਕਰਦੇ ਨੇ ਅਤੇ ਉਹਨਾਂ ਦੇ ਗੀਤ ਗਾਉਣ ਦਾ ਢੰਗ ਵਧੀਆ ਲੱਗਿਆ। ਬੰਦਾ ਧੱਕੜਾ। ਅੱਛਾ, ਕਿਵੇਂ ਬੰਦਾ ਸਿਰਾ? ਬਸ ਬਾਈ, ਕਹਿ ਬੰਦਾ ਯਾਰ, ਉਹਦੀ ਲੁੱਕ ਵਧੀਆ, ਬਾਕੀ ਬੰਦਾ ਕਮੇਡੀ ਵਾਸਤੇ ਮਤਲਬ ਪੂਰਾ ਵਧੀਆ ਅਤੇ ਜਿਹੜਾ ਮਤਲਬ ਉਹਦਾ ਸਟਾਈਲ ਹੈ ਨਾ ਉਹ ਲੋਕਾਂ ਨੂੰ ਜ਼ਿਆਦਾ ਉਹ ਕਰਦਾ ਅਤੇ ਬਾਕੀ ਹੁਣ ਉਹਦਾ ਗੀਤ ਆਇਆ ਮਤਲਬ ਜਿਹੜੇ ਜਿਸ ਤਰ੍ਹਾਂ ਦਾ ਉਹ ਗਾਉਂਦਾ, ਜਿਵੇਂ ਪਹਿਲਾਂ ਉਹਦੇ 6-7 ਸੈਡ ਸੌਂਗ ਆਏ ਨੇ, ਉਹਦਾ ਸਟਾਈਲ ਸਾਰਿਆਂ ਨੂੰ ਅਲੱਗ ਗਿਆ ਵੀਰੇ, ਕਿਉਂਕਿ ਉਹ ਸੱਭਿਆਚਾਰ ਨਾਲ ਜੁੜਿਆ ਹੋਇਆ ਵਧੀਆ ਗੀਤ ਗਾਉਂਦਾ। ਜਿੱਥੇ ਗੱਲ ਕਰੀ ਐਮੀ ਵਿਰਕ ਅਤੇ ਮਤਲਬ ਉਹਨਾਂ ਦਾ ਸੁਭਾਅ ਥੋੜ੍ਹਾ ਜਿਹਾ ਹਟ ਕੇ ਹੈਗਾ, ਵਧੀਆ ਨਹੀਂ ਹੈਗਾ ਤਾਂ ਕਰਕੇ। ਲੱਚਰ ਗਾਣੇ ਗਾਉਂਦੇ ਨੇ, ਲੱਚਰ ਵੀਡੀਓ ਬਣਾਉਂਦੇ ਨੇ, ਉਹ ਆਪਾਂ ਨੂੰ ਇਹਨਾਂ 'ਤੇ ਰੋਕ ਕਰਨੀ ਚਾਹੀਦੀ ਜੀ, ਮਤਲਬ ਇਹਨਾਂ ਚੀਜ਼ਾਂ 'ਤੇ ਰੋਕ ਕਰਨੀ ਚਾਹੀਦੀ ਜੀ, ਸਿੰਗਰ ਕੋਈ ਨਹੀਂ ਮਾੜਾ ਹੁੰਦਾ ਜੀ। ਅੱਛਾ, ਕਿਹੜਾ ਗਾਣਾ ਉਹਨਾਂ ਦਾ ਤੁਹਾਨੂੰ ਵਧੀਆ ਲੱਗਦਾ? ਮੋਸਟਲੀ ਸਾਰੇ ਗਾਣੇ ਵਧੀਆ ਨੇ ਉਹਨਾਂ ਦੇ। ਅੱਛਾ, ਫਿਰ ਵੀ ਜੇ ਇੱਕ ਕਹਾਂ, ਕਿਹੜਾ ਸੁਣਦੇ ਉਹਨਾਂ ਦਾ ਜ਼ਿਆਦੇ? ਇੱਕ ਪਲ ਛੁੱਟੇ ਜਾਣਾ ਏ, ਸਾਹ ਮੁੱਕ ਜਾਣਾ ਏ, ਮੈਥੋਂ ਇੱਕ ਪਲ ਵੀ ਨਾ ਯਾਰਾ ਹੋਵੇ ਦੂਰ ਵੇ, ਦਿਲ ਟੁੱਟ ਜਾਣਾ ਏ, ਸਾਹ ਮੁੱਕ ਜਾਣਾ। ਕਿਹੜਾ ਗੀਤ ਉਹਨਾਂ ਤੁਸੀਂ ਸੁਣਦੇ ਹੋ? ਉਹਨਾਂ ਦਾ ਦੋ ਗੀਤਾਂ ਤਾਂ ਵਧੀਆ ਲੱਗਦੇ ਨੇ ਮੈਨੂੰ, ਇੱਕ ਤਾਂ ਸਕੋਡਾ ਲੈ ਲਵਾਂ ਹੈ ਅਤੇ ਇੱਕ ਆਪਣਾ ਮੇਰੀ ਮਾਂ ਨੂੰ ਹਮੇਸ਼ਾ ਕੁਛ ਰੱਖੇ ਕਰਤਾਰ, ਉਹ ਗੀਤ। ਰੋਟੀ ਖਾਧੀ ਆ ਕੇ ਨਹੀਂ ਕੱਲੀ ਮਾਂ ਪੁੱਛਦੀ, ਕਿੰਨੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ। ਰੋਟੀ ਖਾਧੀ ਆ ਕੇ ਨਹੀਂ ਕੱਲੀ ਮਾਂ ਪੁੱਛਦੀ, ਕਿੰਨੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ। ਚਿੱਤ ਕਰਦਾ ਸਕਾਉਡਾ ਲੈ ਲਵਾਂ ਪਰ ਕਰਜੇ ਤੋਂ ਡਰ ਲੱਗਦਾ, ਉਹ ਚਿੱਤ ਕਰਦਾ ਸਕਾਉਡਾ ਲੈ ਲਵਾਂ ਪਰ ਕਰਜੇ ਤੋਂ ਡਰ ਲੱਗਦਾ, ਉਹ ਚਿੱਤ ਕਰਦਾ ਸਕਾਉਡਾ ਲੈ ਲਵਾਂ ਪਰ ਕਰਜੇ ਤੋਂ ਡਰ ਲੱਗਦਾ। ਅੱਛਾ, ਕਿਹੜਾ ਗੀਤ ਉਹਨਾਂ ਦਾ ਤੁਹਾਨੂੰ ਵਧੀਆ ਲੱਗਦਾ? ਜਿੰਦਾਬਾਦ ਜਾ ਰਹੀਆਂ। ਮੇਰੇ ਨਾਲ ਤੁਰਦੇ ਨੇ ਬੱਲੀਏ, ਹੱਸਦਾ ਨਾਲ ਤੁਰਦੇ ਨੇ ਬੱਲੀਏ, ਕਿਵੇਂ ਲੰਘ ਜੂ ਕੋਈ ਕੂਰੀ ਵੱਟਨੀ, ਓਏ ਜਿੰਦਾਬਾਦ ਰਹਿਣ ਮਿਲੋ ਯਾਰੀਆਂ, ਜਿੰਨਾ ਕਰਕੇ ਤੇ ਆਉਂਦਾ ਜੱਟ ਨਹੀਂ, ਜਿੰਦਾਬਾਦ ਰਹਿਣ ਮਿਲੋ ਯਾਰੀਆਂ, ਜਿੰਨਾ ਕਰਕੇ ਤੇ ਆਉਂਦਾ ਜੱਟ ਨਹੀਂ। ਵਧੀਆ ਲੱਗਦਾ? ਜਿੰਦਾਬਾਦ ਰਹਿਣ ਮਿਲੋ ਯਾਰੀਆਂ ਜ਼ਿਆਦਾ ਸੁਣਦੇ ਹੋ? ਮਿੱਟੀ ਦਾ ਬਾਵਾ ਤਾਂ ਵਧੀਆ ਲੱਗਦਾ ਸੁਣੋ। ਹੁਣ ਮੇਰੇ ਹੱਥ 'ਚ ਮੈਂ ਚੱਲ ਰਿਹਾ ਤਾਂ ਬਸ ਉਹੀ ਆਪਣਾ ਫੇਵਰੇਟ ਗਾਣਾ। ਜਿਹੜਾ ਨਹੀਂ ਘੁੰਮਦਾ ਤੇਰੇ ਉਹ ਤੋਂ ਚਾਰ ਚ ਫੇਰੇ, ਕੋਈ ਉਹਨੇ ਮੱਥਾ ਚੁੰਮਿਆ ਐਮੀ ਵਿਰਕ ਅਤੇ ਰਣਜੀਤ ਬਾਵਾ। ਮੈਂ ਤਾਂ ਬਾਈ ਦੋਨੇ ਨਹੀਂ ਦੇਖੇ ਨਾ ਕਦੇ ਸੁਣੇ ਨੇ ਇਹ, ਮਤਲਬ ਪੱਕੀ ਗੱਲ ਪੱਕੀ ਗੱਲ ਆ। ਆਪਾਂ ਤਾਂ ਸਿਰਫ ਇੱਕ ਲਾਭ ਹੀਰੇ ਨੂੰ ਪਸੰਦ ਕਰਦੇ ਹਾਂ, ਉਹਦੇ ਫੈਨ ਆ, ਜਿੱਥੇ ਉਹ ਖਾੜਾ ਲਾ ਦੂਗਾ ਮਤਲਬ ਬਸ ਸਿਰਾ ਕਰਦਾ ਬਾਈ। ਅੱਛਾ, ਕਿਹੜਾ ਗਾਣਾ ਉਹਨਾਂ ਦਾ ਵਧੀਆ ਲੱਗਦਾ ਸੁਣੋ? ਉਹਦਾ ਗਾਣਾ ਰੱਬ ਸਾਧਾਂ ਦਾ ਹੋ ਗਿਆ, ਠੱਗ ਤੇ ਚੋਰ ਜਾਣਗੇ ਕਿੱਥੇ। ਸਭ ਤੇ ਹੀ ਨਜ਼ਰ ਹੈ ਮੇਰੇ ਭਰੀ, ਸਭ ਤੇ ਹੀ ਨਜ਼ਰ ਹੈ ਮੇਰੇ ਭਰੀ, ਉਹ ਤੋਂ ਕੋਈ ਨਹੀਂ ਅਣ ਡਿੱਠੇ,
जे रब साधा ना हो गया ठगते चोर जानगे किथे जे रब साधा ना हो गया ठगते चोर जानगे किथे। एक गाना भाई ओदा बहुत बढ़िया है नाले तो ज्ञान मिलता है सारा कुछ ही एदे विच बाकी आ सारे ਸਾਰਿਆਂ ਦੀ ਢੋਕ ਆਪਦਾ ਮੇਰੇ ਲਾਹੌਰ ਗਾਣਾ ਵਧੀਆ ਲੱਗਦਾ ਕਿਉਂਕਿ ਪਰਿਵਾਰਕ ਬਾਕੀ ਸੱਭਿਆਚਾਰ ਬਾਰੇ ਸਾਨੂੰ ਦੱਸਦਾ ਗਾ ਤਾਂ ਕਰਕੇ ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਾਹੌਰ ਦੀਆਂ ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਾਹੌਰ ਦੀਆਂ। ਬਾਬਾ ਤੇ ਐਮੀ ਵਿਰਕ ਦੋਨਾਂ ਦੀਆਂ ਫਿਲਮਾਂ ਆਉਂਦੀਆਂ ਨੇ ਦੋਨਾਂ 'ਚ ਕਿਹਦੀਆਂ ਫਿਲਮਾਂ ਜ਼ਿਆਦਾ ਮੀਨਿੰਗਫੁੱਲ ਹੁੰਦੀਆਂ ਨੇ ਅਤੇ ਵਧੀਆ ਹੁੰਦੀਆਂ ਨੇ? ਵਧੀਆ ਰਣਜੀਤ ਬਾਬੇ ਦੀਆਂ ਫਿਲਮਾਂ ਹੀ ਨੇ। ਅੱਛਾ ਐਕਟਿੰਗ? ਐਕਟਿੰਗ ਵੀ ਰਣਜੀਤ ਬਾਬੇ ਦੀ। ਉਸਤਾਦ ਭੋਲੇ 50 ਗ੍ਰਾਮ ਹੀ ਦੇ ਦੇ ਯਾਰ, ਜਦੋਂ ਤੱਕ ਪਿਛਲਾ ਬਕਾਇਆ ਨਹੀਂ ਦਿੰਦਾ ਤੈਨੂੰ ਭੁੱਖੀ ਸੁੰਘਣ ਨੂੰ ਵੀ ਨਹੀਂ ਦਿੰਦਾ। ਸਾਰੇ ਪਿੰਡ 'ਚ ਗਾ ਗਾ ਕੇ ਭੋਲੇ ਦੀ ਭੁੱਖੀ ਬੈਸਟ, ਭੋਲੇ ਦੀ ਭੁੱਖੀ ਬੈਸਟ, ਅਸੀਂ ਤੈਨੂੰ ਖੜੇ ਕੀਤਾ। ਬੰਬੂਗੜ੍ਹ? ਅੱਛਾ ਤੇ ਫਿਲਮ? ਫਿਲਮ ਬੰਬੂਗੜ੍ਹ। ਪਿੰਡ ਦੀ ਫਿਰਨੀ ਤੇ ਜਾ ਕੇ ਮੈਂ ਵਜਾਈ ਨਾ 500 ਤੇਰੀ ਟੱਲੀ, ਤੇਰੇ ਪਿੰਡ ਦੇ ਨਿਆਣੇ ਐਂਟਰ ਐਂਟਰ ਕਰਦੇ ਫਿਰਨਾ। ਓਏ ਉਧਰੋਂ ਲੰਘ ਜਾ, ਐਵੇਂ ਟੱਲੀਆਂ ਜੀ ਮਾਰੇ। ਫਿਲਮ ਤਾਂ ਮੈਂ ਦੇਖੀ ਪਰ ਜੇ ਐਕਟਿੰਗ ਵਗੈਰਾ 'ਚ ਦੇਖਿਆ ਜਾਵੇ ਤਾਂ ਐਮੀ ਵਿਰਕ ਬੈਸਟ ਹੈ। ਅੱਛਾ ਕਿਹੜੀ ਫਿਲਮ ਵਧੀਆ ਲੱਗਦੀ ਐਮੀ ਵਿਰਕ ਤੋਂ? ਨਿੱਕਾ ਜਿਹਾ। ਇੱਕ ਗੱਲ ਪੁੱਛਾਂ, ਪਹਿਲੀ ਰਾਤ ਇੱਕੋ ਭਾਂਡੇ 'ਚ ਦੁੱਧ ਪੀਣਾ ਪੈਂਦਾ? ਹਾਂ, ਇੱਕੋ ਟੋ। ਹਾਏ ਮੈਂ ਤਾਂ ਸਾਰੇ ਪੀ ਗਈ। ਚੱਲ ਕੋਈ ਗੱਲ ਨਹੀਂ, ਮੱਛਾਂ ਪੂੰਝ ਲਾ। ਫਿਲਮ ਤਾਂ ਬਾਈ ਉਹਦੀਆਂ ਸਾਰੀਆਂ ਵਧੀਆ ਲੱਗਦੀਆਂ। ਨਿੱਕਾ ਜੈਲਦਾਰ 2, ਬੰਬੂਗੜ੍ਹ, ਸਾਰੀਆਂ ਫਿਲਮਾਂ ਬਾਈ ਔਸਮ ਨੇ ਯਾਰ। ਸਿਰਾ ਕਰ ਰਿਹਾ ਉਹ ਬੰਦਾ, ਅੱਗੇ ਵੀ ਬਹੁਤ ਸਿਰਾ ਕਰ। ਲਾਤਾ ਗੋਲ ਧਾਰਾ, ਕਿਸੇ ਨੇ ਇਹਨੂੰ ਹੱਥ ਨਹੀਂ ਲਾਉਣਾ। ਬਸ ਦੂਰ ਖੜ ਕੇ ਤੁਸੀਂ ਹੈਰਾਨ ਹੋਣਾ, ਸਿਰਫ ਦੂਰ ਰਹਿ ਕੇ ਬਾਹਰ ਰਹਿ ਗਏ। ਜਿਹੜੀ ਆਈ ਸੀ ਭਲਵਾਨ ਸਿੰਘ, ਬਹੁਤ ਵਧੀਆ ਫਿਲਮ ਸੀ। ਲੈ ਕੇ ਆਏ ਆ ਜੋ ਰਹਿੰਦੀ ਦੁਨੀਆ ਤੱਕ ਕੋਈ ਮਾਈ ਦਾ ਲਾਲ ਨਹੀਂ ਲੈ ਕੇ ਆ ਸਕਦਾ। ਅੱਜ ਸਾਡੇ ਪਿੰਡ ਲਈ ਬੜੇ ਭਾਗਾਂ ਵਾਲਾ ਦਿਨ ਹੈ। ਜਬਰਾ ਤਾਂ ਹਮੇਸ਼ਾ ਹੀ ਪਿੰਡ ਲਈ ਕੁਛ ਨਾ ਕੁਛ ਲੈ ਕੇ ਆਉਂਦਾ, ਪਰ ਅੱਜ ਭਲਵਾਨ ਵੀ ਕੁਛ ਲੈ ਕੇ ਆਇਆ। ਉਹ ਮੈਂ ਤਾਂ ਜੀ ਪਿੰਡ ਲਈ ਦਵਾਵਾਂ ਹੀ ਲੈ ਕੇ ਆਇਆ, ਆਉਂਦਾ ਹੁੰਦਾ ਗੁਰਦੁਆਰਾ ਸਾਹਿਬ ਗਿਆ ਸੀ ਨਾਲੇ ਪ੍ਰਸ਼ਾਦ। ਹਾਂਜੀ ਦੋਸਤੋ, ਤੇ ਸਾਡੇ ਬਹੁਤ ਸਾਰੇ ਨੌਜਵਾਨਾਂ ਦਾ ਇਹ ਮੰਨਣਾ ਹੈ ਕਿ ਜਿਹੜੀ ਸਿੰਗਿੰਗ ਹੈ ਉਹ ਰਣਜੀਤ ਬਾਬਾ ਜੀ ਦੀ ਵਧੀਆ, ਅਤੇ ਐਕਟਰ ਜਿਹੜੇ ਨੇ ਉਹ ਐਮੀ ਵਿਰਕ ਕਮਾਲ ਦੇ ਨੇ, ਉਹਨਾਂ ਦੀਆਂ ਫਿਲਮਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਵਧੀਆ ਹੁੰਦੇ ਨੇ। ਹੁਣ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਤੁਹਾਨੂੂੰ ਦੋਨਾਂ 'ਚੋਂ ਕਿਹੜਾ ਪਸੰਦ ਹੈ ਅਤੇ ਕਿਉਂ? ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਜਿਨ੍ਹਾਂ ਨੇ ਵੀ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਰੱਬ ਰਾਖਾ।